ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਠੀਕ ਠਾਕ ਹੋ ਮੇਰੇ ਭੈਣ ਭਰਾ? ਅਤੇ ਅੱਜ ਦਾ ਵਲੋਗ ਹੈਗਾ, ਜਾਣੀ ਕਿ ਅੱਜ ਅਸੀਂ ਆਏ ਹੋਏ ਸੀ ਬਾਹਰ ਘੁੰਮਣ ਵਾਸਤੇ, ਅਤੇ ਦਿਲ ਕਰ ਪਿਆ ਵੀ ਅੱਜ ਖਾਈਏ ਆਪਾਂ ਪੀਜ਼ਾ। ਅਤੇ ਇੱਥੇ ਆਪਣੇ ਸੁਲਤਾਨ ਮਿੰਟ ਰੋਡ 'ਤੇ ਹੈਲੋ ਫੂਡ ਵਾਲੇ ਮਤਲਬ ਨਿਊ ਓਪਨ ਹੋਇਆ ਵਾ ਪੀਜ਼ਾ ਹੱਟ ਹੈਲੋ ਫੂਡ ਵਾਲੇ, ਅਤੇ ਉੱਥੇ ਚੱਲਦੇ ਹਾਂ, ਜਾ ਕੇ ਵੇਖਦੇ ਹਾਂ ਵੀ ਕਿਹੜਾ ਸਾਨੂੰ ਪੀਜ਼ਾ ਮਿਲਦਾ ਖਾਣ ਨੂੰ ਵਧੀਆ। ਅਤੇ ਸੋ ਆਓ ਚੱਲਦੇ ਹਾਂ, ਅਤੇ ਗੁਰਬਾਜ ਵੀ ਖੁਸ਼ ਹੋ ਗਏ ਖਾ ਲੈਂਦਾ ਪੀਜ਼ਾ, ਪ੍ਰੀਤ ਵੀ ਖਾ ਲੈਂਦੀ ਹੈ। ਚੱਲੀਏ ਜੀ, ਚਲੋ ਜੀ, ਅੱਜ ਚੱਲਦੇ ਹਾਂ ਛੋਟੇ ਛੋਟੇ ਬਾਜ਼ਾਰਾਂ ਦੇ ਵਿੱਚੋਂ ਦੀ ਪੀਜ਼ਾ ਖਾਣ ਵਾਸਤੇ, ਗਲੀਓ ਗਲੀ ਪਹੁੰਚਦੇ ਹਾਂ ਆਪਾਂ ਸੁਲਤਾਨਮੰਦ ਰੋਡ 'ਤੇ ਜਾ ਕੇ। ਲਓ ਜੀ, ਆ ਗਏ ਅਸੀਂ ਅੰਮ੍ਰਿਤਸਰ ਹੈਲੋ ਫੂਡ 'ਤੇ ਸੁਲਤਾਨਮੰਦ ਰੋਡ। ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ। ਲਓ ਜੀ, ਆ ਗਏ ਇੱਧਰ ਮੈਨਿਊ ਇਹਨਾਂ ਦਾ, ਵੇਖਦੇ ਹਾਂ ਪ੍ਰੀਤ ਕਿਹੜਾ ਪੀਜ਼ਾ ਪਸੰਦ ਆਉਂਦਾ ਪ੍ਰੀਤ ਨੂੰ। ਆਪਾਂ ਮੰਗਾ ਲਿਆ ਵਾ ਮਤਲਬ ਚਿਲੀ ਪਨੀਰ ਪੀਜ਼ਾ, ਇਹ ਹੈਗਾ ਆ ਜੀ ਸਮੋਲ ਦੇ ਵਿੱਚ, ਤੁਹਾਨੂੰ ਤਿੰਨ ਸਾਈਜ਼ ਮਿਲ ਜਾਣਗੇ। ਸਮੋਲ ਹੈਗਾ 160, ਅਤੇ ਮੀਡੀਅਮ ਹੈਗਾ 300, ਅਤੇ ਲਾਰਜ ਹੈਗਾ 430। ਭਾਜੀ ਕਹਿੰਦੇ ਵੀ ਆਫਰ ਹੁੰਦੀ ਸੰਡੇ ਦੇ ਸੰਡੇ ਇਹਨਾਂ ਕੋਲ, ਅਤੇ ਹਾਂਜੀ ਹਰ ਰੋਜ਼ ਹੁੰਦੀ ਆ। ਅਤੇ ਅੱਛਾ ਭਾਜੀ ਕਹਿੰਦੇ ਵੀ ਹਰ ਰੋਜ਼ ਆਫਰ ਹੁੰਦੀ ਹੈ, ਜਿਵੇਂ ਤੁਸੀਂ 450 ਦੇ ਵਿੱਚ ਮਤਲਬ ਇੱਕ ਪੀਜ਼ਾ ਹੋ ਜਾਣਗੇ ਮੀਡੀਅਮ ਸਾਈਜ਼, ਅਤੇ ਨਾਲ ਤੁਹਾਨੂੰ ਹੋਰ ਵੀ ਚੀਜ਼ਾਂ ਮਿਲ ਜਾਣਗੀਆਂ, ਜਿਵੇਂ ਕਿ ਗਾਰਲਿਕ ਬ੍ਰੈਡ ਸਟਫ, ਗਾਰਲਿਕ ਬ੍ਰੈਡ ਅਤੇ ਨਾਲ ਆ ਜੂਸਸ ਵਗੈਰਾ ਵੀ ਮਿਲ ਜਾਣਗੇ, ਅਤੇ ਇੱਕ ਨਹੀਂ ਬੀਜ਼ਰ ਭਾਜੀ ਬੀਅਰ ਮਿਲਣਗੇ ਤੁਹਾਨੂੰ, ਦੋ ਫਰੂਟ ਬੀਅਰ ਵੀ ਫ੍ਰੀ ਤੁਹਾਨੂੰ ਮਿਲੇਗੀ। 450 ਦੇ ਵਿੱਚ ਆਫਰ ਸੀ, ਆਪਾਂ ਉਹੀ ਕਰਵਾ ਲੈਂਦੇ ਹਾਂ। ਸਾਡਾ ਅੰਦਰ ਭਾਈ ਉਹਨਾਂ ਨੇ ਪਿੰਕ ਟਾਈਪ ਬਣਾਇਆ ਝੂਲਾ ਜਿਹਾ, ਹੈ ਨਾ, ਅਤੇ ਉੱਥੇ ਝੂਟੇ ਲੈਣ ਡਿਆ ਜੀ, ਆਵੇ ਉਹ ਝੂਟਾ ਆਉਣ ਡਿਆ ਭਾਈ, ਝੂਟਾ ਆਉਣ ਡਿਆ, ਝੂਟਾ ਦੱਸਦਾ ਨਹੀਂ। ਯਾਰ ਹੋਰ ਗੱਲਾਂ ਦੀਆਂ ਗੱਲਾਂ ਰਹੀਆਂ, ਜਿਹੜੀ ਡੈਕੋਰੇਸ਼ਨ ਆ ਬੜੀ ਸੋਹਣੀ ਲੱਗੀ ਮੈਨੂੰ, ਇੱਥੋਂ ਦੀ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ, ਬਹੁਤ ਹੀ ਬੈਸਟ ਲੱਗੀ ਮੈਨੂੰ। ਆਪ ਪਰਸਨਲ ਇੱਕ ਮਤਲਬ ਬਣਾਏ ਹੋਏ ਟੇਬਲ ਜੇ, ਇਹਦੇ ਵਿੱਚ ਜਿਹੜੇ ਪਰਸਨਲ ਫੈਮਲੀ ਮਤਲਬ ਇਹਦੇ ਅੰਦਰ ਹੋਰ ਨਹੀਂ ਕੋਈ, ਮਤਲਬ 6-7 ਜਣੇ ਵਾਸਤੇ ਟੇਬਲ ਲੱਗੇ ਨੇ, ਅਤੇ ਛੋਟੀ ਫੈਮਲੀ ਹੋਏ ਅਤੇ ਇੰਜੋਏ ਕਰ ਸਕਦੇ ਪੀਜ਼ੇ ਵਾਸਤੇ। ਆਖ ਤੁਸੀਂ ਕਿੰਨੀ ਵਧੀਆ ਚੀਜ਼ ਬਣਾਈ ਹੋਈ ਆ, ਹੈ ਨਾ, ਉਹ ਗੇਟ ਜਿਹਾ ਬਣਾਇਆ ਸੈਂਟਰ ਹੋ ਗਿਆ, ਜਿੱਥੇ ਬਹਿ ਕੇ ਤੁਸੀਂ ਪੀਜ਼ਾ ਖਾ ਸਕਦੇ, ਬਹੁਤ ਵਧੀਆ ਚੀਜ਼ ਆ। ਸਰਵਿਸ ਆ ਅਤੇ ਆਪ ਹੀ ਲੈ ਜਾਣਾ ਪਿਆ, ਆ ਗਿਆ ਜੀ ਇੱਧਰ ਪੀਜ਼ਾ ਸਾਡਾ, ਦੇਖ ਸਕਦੇ ਹੋ ਤੁਸੀਂ। ਵਧੀਆ ਨਾ, ਠੀਕ ਹੈ, ਸਾਈਜ਼ ਵੀ ਠੀਕ ਆ ਪੀਜ਼ੇ ਦਾ। ਲਓ ਜੀ, ਇੱਧਰ ਆ ਗਿਆ ਗਰਮਾ ਗਰਮ ਪੀਜ਼ਾ, ਨਾਲ ਆ ਗਈ ਡਰਿੰਕ। ਖਾ ਲਈਏ ਥੋੜ੍ਹੀ ਜੀ, ਬੜਾ ਕਰਾਰਾ ਜਿਹਾ ਹੋਇਆ ਦੱਸਣਾ ਜ਼ਿਆਦਾ। ਵਧੀਆ ਟੇਸਟ ਆ, ਠੀਕ ਆ, ਬੈਸਟ ਵਧੀਆ, ਆਹਾ ਸਵਾਦ ਨਾਲ ਖਾ ਰਿਹਾ ਭਾਈ, ਗੁਰਬਾਜ ਖਾਂਦਾ ਨਹੀਂ ਆ ਰਿਹਾ, ਸਵਾਦ ਹੀ ਆ, ਜੰਮੀ ਆ ਨਾ, ਜੰਮੀ ਚਿੱਲੀ ਚੁੱਲੀ ਮਸਾਲਾ ਪਾ ਕੇ ਨਜ਼ਾਰਾ ਹੋਰ।
ਡਬਲ ਫਲੇਵਰ ਪੀਜ਼ੇ ਦਾ ਬਹੁਤ ਸਵਾਦ ਆ ਪੂਰਾ ਨਹੀਂ ਸੀ ਪੀਜ਼ਾ ਹੈ ਨਾ ਇਹ ਤਾਂ ਠੀਕ ਸੀ ਪੀਜ਼ਾ ਆਪਾਂ ਕਰਾਇਆ ਚਿੱਲੀ ਪਨੀਰ ਚਿੱਲੀ ਪਨੀਰ ਪੀਜ਼ਾ ਵੇਖ ਲਓ ਸਾਡਾ ਗੁਰਬਾਜ ਸਾਹਿਬ ਪੀਜ਼ੇ ਦੇ ਸ਼ੌਂਕੀ ਬਾਜ ਸਾਹਿਬ ਸਾਡੇ ਹੈ ਨਜ਼ਾਰੇ ਕਿ ਨਹੀਂ ਨਹੀਂ ਚੀਜ਼ ਆਪਾਂ ਇੱਥੇ ਖਾ ਲਿਆ ਤਾਂ ਜਿਹੜੀ ਚੀਜ਼ਾਂ ਔਫਰ ਦੇ ਵਿੱਚ ਸੀ ਅਤੇ ਉਹ ਆਪਾਂ ਲੈ ਲਈਆਂ ਵਾ ਨਾਲ ਅਤੇ ਉਹ ਮਤਲਬ ਡੈਡੀ ਨਹੀਂ ਉਹ ਕਲੋ ਖਾ ਲੈਣਗੇ ਨਾਲ ਉਹ ਘਰ ਲੈ ਜਾਂਦੇ ਨਾਲ ਰਾਤ ਨੂੰ ਥੋੜ੍ਹੀ ਹਵਾ ਬਹੁਤ ਜ਼ਿਆਦਾ ਠੰਡੀ ਹੋ ਗਈ ਹੈ ਰਾਤ ਨੂੰ ਜਾਣ ਲੱਗਿਆ ਨੇ ਆਉਣੀਆਂ ਕੰਪਨੀਆਂ ਸਵੇਰੇ ਥੋੜ੍ਹੀ ਬਹੁਤੀ ਧੁੱਪ ਜੀ ਲੱਗ ਗਈ ਮੀਂਹ ਪੈਣ ਤੋਂ ਬਾਅਦ ਹੁਣ ਫਿਰ ਪੂਰੀ ਠੰਡ ਆ ਰਹੇ ਆਹੋ ਪਾਣੀ ਖਲੋਤਾ ਕਿੰਨਾ ਕਿੰਨਾ ਹੋ ਜਾਵੇ ਪੂਰੀ ਠੰਡ ਹੋਈ ਪਈ ਆ ਮੰਮੀ ਹੁਣਾਂ ਨੇ ਲਿਆਉਂਦੇ ਸੀ ਨੂਡਲ ਅਤੇ ਆਪਾਂ ਇੱਧਰੋਂ ਆ ਵੀ ਲਿਆਉਂਦਾ ਸਮਾਨ ਜਿਹਾ ਅਤੇ ਚਲੋ ਦੋਵੇਂ ਚੀਜ਼ਾਂ ਆ ਗਈਆਂ ਮੰਮੀ ਹਾਂ ਤੁਹਾਡੇ ਵਾਸਤੇ ਲਿਆਉਂਦਾ ਸੀ ਆਪਾਂ ਅਤੇ ਉਹ ਗਏ ਪੀਜ਼ਾ ਜਿਹਾ ਖਾਣਾ ਉਹ ਕਹਿੰਦੇ ਵੀ ਆਹ ਚੀਜ਼ ਨਾਲ ਲਿਆਉਣ ਦਿੰਦੇ ਹਾਂ ਮੈਂ ਕਿਹਾ ਚਲੋ ਠੀਕ ਹੈ ਚਲੋ ਫਿਰ ਆਹ ਆਪਾਂ ਤੁਹਾਡੇ ਵਾਸਤੇ ਲਿਆਉਂਦੇ ਆ ਜਾਓ ਆਹ ਬਣਾ ਚੱਲੀਆਂ ਚੀਜ਼ ਤਾਂ ਵਧੀਆ ਵੀ ਜਿਵੇਂ ਲੱਗਦਾ ਨਾ ਬ੍ਰੈਡ ਪੀਜ਼ਾ ਹੁੰਦਾ ਉਹ ਚੀਜ਼ ਆ ਉਹ ਬ੍ਰੈਡ ਪੀਜ਼ਾ ਠੀਕ ਆ ਸਵਾਦ ਹੈਗੇ ਆ ਹਾਂ ਔਫਰ 'ਚ ਹੈਗੇ ਨਾਲ ਮੈਂ ਲੈ ਆਉਂਦੇ ਫਿਰ ਮੈਂ ਠੀਕ ਆ ਸਵਾਦ ਆ ਨਾ ਲਓ ਜੀ ਮੰਮੀ ਹੁਣੇ ਬਣਾਉਣਗੇ ਸਬਜ਼ੀ ਇੱਧਰ ਕੱਢਣ ਦੇ ਮਟਰ ਅੱਜ ਬਣਾਵਾਂਗੇ ਆਪਾਂ ਮਟਰ ਮਸ਼ਰੂਮ ਅਤੇ ਪੈਕਟ ਮਸ਼ਰੂਮ ਦੇ ਮਸ਼ਰੂਮ ਬਣਾਉਂਦੇ ਮਸ਼ਰੂਮ ਮਟਰ ਬਹੁਤ ਸਵਾਦ ਬਣਦੇ ਆ ਬਣਾਉਂਦੇ ਹਾਂ ਅੱਜ ਇੱਧਰ ਬਣ ਗਈ ਜੇ ਖੁੰਬਾਂ ਦੀ ਸਬਜ਼ੀ ਤੁਹਾਨੂੰ ਵੀ ਹੱਥ ਪੈ ਗਈ ਸਾਹ ਪੀਣੀ ਮੇਰੇ ਨਾਲ ਰਲ ਕੇ ਕਿ ਨਹੀਂ ਪੀਣੀ ਹੁਣ ਓਦਾਂ ਆਜੋ ਨੀਂਦ ਕਿ ਨਹੀਂ ਹੋਇਆ ਜੇ ਨਾ ਪੀਤੀ ਹੋਵੇ ਤੇ ਹੈਂ ਕਿਉਂ ਉਹ ਨਹੀਂ ਹੁੰਦੀ ਪੀ ਕੇ ਆ ਜਾਂਦੀ ਲੱਗਦਾ ਮੇਰੇ ਵਾਲੀ ਹੱਥ ਪੈ ਗਈ ਆ ਅਤੇ ਹੋਰ ਉੱਧਰ ਵੇਖੋ ਵਿਖਾਉਣ ਡਿਆ ਤੈਨੂੰ ਮੈਂ ਵਲੋਗ 'ਚ ਵਿਖਾਉਣ ਡਿਆ ਵਾਂ ਕਾਕਾ ਤੂੰ ਕੀ ਕਰਦਾ ਵਾਂ ਵਿਖਾਉਣ ਡਿਆ ਮੈਂ ਤੈਨੂੰ ਵਲੋਗ 'ਚ ਆ ਵੇਖ ਲਓ ਪਹਿਲਾਂ ਹੀ ਫੋਨ ਪ੍ਰੀਤ ਫੜਦੀ ਨਾ ਫੋਨ ਕਹਿੰਦਾ ਨਹੀਂ ਮੇਰਾ ਫੋਨ ਆ ਤੇਰਾ ਨਹੀਂ ਆ ਮੇਰਾ ਵਾ ਹਾਂ ਆਪੇ ਇਕੱਲਾ ਹੀ ਗੇਮਾਂ ਚਲਾ ਲੈਂਦਾ ਜੇ ਸਾਰੀਆਂ ਅਤੇ ਇਕੱਲਾ ਹੀ ਲੱਗਾ ਰਹਿੰਦਾ ਜੇ ਆਪੇ ਸਾਰਾ ਫੋਨ ਚਲਾ ਲੈਂਦਾ ਯੂਟਿਊਬ ਸਭ ਕੁਛ ਆਪੇ ਹੀ ਜੋ ਵੀ ਆ ਇੰਸਟਾਗ੍ਰਾਮ ਸਾਰਾ ਚਲਾ ਲੈਂਦਾ ਆਪੇ ਵੇਖਿਆ ਹੁਣੇ ਉੱਤੇ ਕਰਦਾ ਕਰਕੇ ਦੇਖ ਲੈਂਦਾ ਸਾਡੇ ਤਰੀਕੇ ਨਾਲ
ਜਿਦਾ ਜਿਦਾ ਜਾਂਦੇ ਆ ਉਹ ਕਹਿੰਦੇ ਨਾ ਕੱਲੂ ਕਲਵਾ ਐਸਾ ਮਤ ਕਰ, ਉਹ ਕਲੂਆ ਡਿੱਗ ਗਿਰ ਗਿਆ ਹੈ, ਕਲੂਆ ਗਿਰ ਗਿਆ ਹੈ, ਤੂੰ ਏਦਾਂ ਏਦਾਂ ਕਰਕੇ ਨਾ ਬੋਲਦੇ ਆ। ਤੇ ਚਾਕੂ ਨਾ ਲੱਗਾ ਹੋਇਆ ਸੀਗਾ ਤੇ ਮੰਮੀ ਹਟਾਉਣ ਦੇ ਇਹਨੂੰ, ਤੇ ਮੰਮੀ ਨੂੰ ਕਹੀ ਜਾਂਦਾ ਨਾ ਕੱਲੂਆ ਨਾ ਕੱਲੂਆ ਨਾ ਕੱਲੂਆ ਨਾ, ਮੰਮੀ ਕਿਹਨੂੰ ਸਮਝ ਨਾ ਲੱਗੇ, ਮੰਮੀ ਨੂੰ ਪਤਾ ਨੀ ਕੀ ਬੋਲੀ ਜਾਂਦਾ ਪਿਆ ਵਾ। ਫਿਰ ਮੈਂ ਮੰਮੀ ਨੂੰ ਦੱਸਿਆ ਮੈਂ ਏਦਾਂ ਬੋਲਣ ਦਿਆ ਵਾ, ਗਰਮਾ ਗਰਮ ਚਾਹ ਪਾਉਣੀ ਆ। ਹਲੋ, ਚਾਹ ਪੀਓ ਗਰਮਾ ਗਰਮ, ਠੀਕ ਆ। ਹਾਂਜੀ ਜੀ, ਨਾਲ ਮੇਰੇ ਕੁਝ ਖਾਸ ਫਰੈਂਡ ਭਰਾਵਾਂ ਇਕੱਠ ਕੇ ਸਾਡਾ ਵੀ ਨਾਲ ਲਓ ਵਲੋਗ ਦੇਵੇ। ਅਤੇ ਇੱਕ ਸਾਡੇ ਹੈਗੇ ਨੇ ਜੀ ਭੁਪਿੰਦਰ ਜੀ ਬਾਲੋਵਾਲ ਤੋਂ, ਅਤੇ ਨਾਲ ਸਾਡੇ ਇੱਕ ਹੋਰ ਵੀਰ ਜੀ ਹੈਗੇ ਨੇ ਸੁਖਜਿੰਦਰ ਟਿੰਕੂ ਜੀ ਤਰਨ ਤਾਰਨ ਤੋਂ, ਅਤੇ ਨਾਲ ਸਾਡੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਮਨਰਾਜ ਸਿੰਘ ਜੀ ਨਿਊਜ਼ੀਲੈਂਡ ਤੋਂ, ਅਤੇ ਨਾਲ ਸਾਡੇ ਹੋਰ ਨੇ ਜੀ ਇੱਕ ਅਰਸ਼ ਜੀ, ਇੱਕ ਗੁਰਸ਼ਰਨ ਜੀ, ਇੱਕ ਦਿਲਰਾਜ ਜੀ ਨਿਊਜ਼ੀਲੈਂਡ ਤੋਂ। ਫਿਰ ਮਿਲਦੇ ਹਾਂ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ, ਔਰ ਜਿਹਨੇ ਨਵੇਂ ਭੈਣ ਭਰਾ ਦੇਖ ਰਹੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਇੱਕ ਸੋਹਣੇ ਜਿਹੇ ਫੈਮਲੀ ਵਲੌਗ ਦੇ ਨਾਲ, ਬਾਏ ਬਾਏ।